ਵਿਸ਼ਾ ਵਾਤਾਵਰਣ ਸਿੱਖਿਆ ਜਮਾਤ ਤੀਸਰੀ। ਪਿਆਰੇ ਬੱਚਿਓ, ਤੁਸੀਂ ਪਾਠ 13 ਪਾਣੀ ਸਾਡੇ ਜੀਵਨ ਦਾ ਆਧਾਰ ਪੜ੍ਹ ਰਹੇ ਹੋ, ਜਿਸ ਵਿੱਚ ਤੁਸੀਂ ਹੁਣ ਤੱਕ ਪਾਣੀ ਦੇ ਮਹੱਤਵ ਬਾਰੇ ਪੜ੍ਹਿਆ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜਲ ਹੈ ਤਾਂ ਕੱਲ ਹੈ, ਜਿਸ ਦਾ ਭਾਵ ਹੈ ਕਿ ਜੇਕਰ ਪਾਣੀ ਹੈ ਤਾਂ ਹੀ ਸਾਡਾ ਕੱਲ, ਭਾਵ ਸਾਡਾ ਆਉਣ ਵਾਲਾ ਸਮਾਂ, ਸਾਡਾ ਭਵਿੱਖ ਸੁਰੱਖਿਅਤ ਹੈ। ਅੱਜ ਅਸੀਂ ਪੜਾਂਗੇ ਕਿ ਰੋਜ਼ਾਨਾ ਜੀਵਨ ਵਿੱਚ ਅਸੀਂ ਪਾਣੀ ਦੀ ਵਰਤੋਂ ਕਿਹੜੇ ਕਿਹੜੇ ਕੰਮਾਂ ਲਈ ਕਰਦੇ ਹਾਂ। ਪਾਣੀ ਦੀ ਵਰਤੋਂ ਬੇਟਾ ਅਸੀਂ ਸਵੇਰੇ ਉੱਠਣ ਸਾਰ ਹੀ ਸ਼ੁਰੂ ਕਰ ਦਿੰਦੇ ਹਾਂ, ਜਿਵੇਂ ਸਭ ਤੋਂ ਪਹਿਲਾਂ ਅਸੀਂ ਬੁਰਸ਼ ਕਰਨ ਲਈ ਪਾਣੀ ਦੀ ਵਰਤੋਂ ਕਰਦੇ ਹਾਂ। ਨਹਾਉਣਾ, ਸਰੀਰ ਦੀ ਸਫਾਈ ਲਈ ਹਰ ਰੋਜ਼ ਨਹਾਉਣਾ ਬਹੁਤ ਜ਼ਰੂਰੀ ਹੁੰਦਾ ਹੈ, ਤਾਂ ਨਹਾਉਣ ਲਈ ਵੀ ਅਸੀਂ ਪਾਣੀ ਦੀ ਵਰਤੋਂ ਕਰਦੇ ਹਾਂ। ਕੱਪੜੇ ਧੋਣਾ, ਕੰਮਾਂ ਕਾਰਾਂ ਵਿੱਚ ਬੱਚਿਓ ਸਾਡੇ ਕੱਪੜੇ ਗੰਦੇ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਧੋਣ ਲਈ ਵੀ ਸਾਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਖਾਣਾ ਪਕਾਉਣਾ, ਚਾਹ ਬਣਾਉਣ, ਆਟਾ ਗੁੰਨਣ ਅਤੇ ਦਾਲ ਸਬਜ਼ੀ ਬਣਾਉਣ ਲਈ ਵੀ ਸਾਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਬਰਤਨਾਂ ਦੀ ਸਾਫ ਸਫਾਈ ਲਈ ਵੀ ਸਾਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ। ਸਫਾਈ ਕਰਨਾ, ਘਰ ਨੂੰ ਸਾਫ ਰੱਖਣ ਲਈ ਵੀ ਅਸੀਂ ਹਰ ਰੋਜ਼ ਝਾੜੂ ਪੋਚਾ ਲਗਾਉਂਦੇ ਹਾਂ ਤੇ ਉਸ ਲਈ ਵੀ ਅਸੀਂ ਪਾਣੀ ਦੀ ਵਰਤੋਂ ਕਰਦੇ ਹਾਂ। ਬਗੀਚੇ ਨੂੰ ਪਾਣੀ ਦੇਣਾ, ਬੱਚਿਓ ਤੁਸੀਂ ਪਾਰਕਾਂ ਬਗੀਚਿਆਂ ਵਿੱਚ ਫੁੱਲਾਂ ਵਾਲੇ ਪੌਦੇ ਵੇਲ ਬੂਟੇ ਲੱਗੇ ਦੇਖੇ ਹੋਣਗੇ। ਇਹਨਾਂ ਪੌਦਿਆਂ ਦੇ ਵਾਧੇ ਲਈ ਵੀ ਬੇਟਾ ਪਾਣੀ ਬਹੁਤ ਜ਼ਰੂਰੀ ਹੁੰਦਾ ਹੈ। ਖੇਤਾਂ ਨੂੰ ਪਾਣੀ ਦੇਣਾ, ਬੱਚਿਓ ਫਸਲਾਂ ਦੇ ਵਾਧੇ ਲਈ ਵੀ ਪਾਣੀ ਬਹੁਤ ਜ਼ਰੂਰੀ ਹੁੰਦਾ ਹੈ, ਇਸ ਲਈ ਸਮੇਂ ਸਮੇਂ ਤੇ ਖੇਤਾਂ ਨੂੰ ਪਾਣੀ ਦੇਣਾ ਪੈਂਦਾ ਹੈ। ਬਿਜਲੀ ਪੈਦਾ ਕਰਨਾ, ਪਾਣੀ ਦੀ ਵਰਤੋਂ ਬੇਟਾ ਬਿਜਲੀ ਪੈਦਾ ਕਰਨ ਲਈ ਵੀ ਕੀਤੀ ਜਾਂਦੀ ਹੈ। ਇਹਨਾਂ ਕੰਮਾਂ ਤੋਂ ਇਲਾਵਾ ਕਈ ਕਾਰਖਾਨਿਆਂ ਵਿੱਚ ਵੀ ਪਾਣੀ ਦੀ ਬਹੁਤ ਵਰਤੋਂ ਹੁੰਦੀ ਹੈ। ਪਾਣੀ ਬੇਟਾ ਕੁਦਰਤ ਵੱਲੋਂ ਦਿੱਤੀ ਗਈ ਇੱਕ ਅਨਮੁੱਲੀ ਦਾਤ ਹੈ, ਇਸ ਲਈ ਸਾਨੂੰ ਇਸ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਹੁਣ ਵਾਰੀ ਹੈ ਤੁਹਾਡੇ ਘਰ ਦੇ ਕੰਮ ਦੀ। ਪਾਣੀ ਦੀ ਵਰਤੋਂ ਅਸੀਂ ਕਿਹੜੇ ਕਿਹੜੇ ਕੰਮਾਂ ਲਈ ਕਰਦੇ ਹਾਂ, ਤੁਸੀਂ ਇਸ ਦੀ ਇੱਕ ਸੂਚੀ ਤਿਆਰ ਕਰਨੀ ਹੈ।